पर असी पहलों भी जीते सा तो असी हूँ भी जीतना ही है। बल मैं इस चीज़ का डर है कि 18 फिर है ना कह देने के जी धानली हुई है, क्योंकि हूँ इमरान खान आया तो 350-350 रुपया किलो कुकड़ हुए है, घ्यो कितने अपड़ गया, चीनी कितने अपड़ गई, महंगाई इन्नी उन्हें घर छेड़ी, शेयर ही तो किन्नी सस्ता काम ही चीनी 50 रुपया किलो यार, योजा इलेक्शन डस्के च ना हो। ਬੜਾ ਇਲੈਕਸ਼ਨ ਹੋਰ ਜਾ ਰਿਹਾ 18 ਤੇ ਨੂੰ, ਕੀ ਕਹੋਗੇ ਇਹਦੇ? ਪਹਿਲਾਂ ਪਹਿਲੀ ਗੱਲ ਤਾਂ ਇਲੈਕਸ਼ਨ ਤਾਂ ਹੋਣਾ ਹੀ ਨਹੀਂ। ਅੱਛਾ ਠੀਕ ਹੈ, ਅਤੇ ਅਗਰ ਹੋਇਆ ਤਾਂ ਧਾਂਦਲੀ ਤਾਂ ਅੱਗੇ ਹੀ ਹੋਈ ਹੈ, ਫਿਰ ਦੁਬਾਰਾ ਹੋਈਏਗੀ। ਕਿਸ ਤਰ੍ਹਾਂ ਧਾਂਦਲੀ ਹੋਈ ਹੈ? ਇਹ ਸਾਰੀ ਦੁਨੀਆ ਹੀ ਕਹਿ ਰਹੀ ਹੈ, ਸਾਰੀ ਆਵਾਮ ਸੋ ਵੇਖਦੀ ਹੈ ਵੀ ਕੀ ਹੋਇਆ, 20 ਬੰਦੇ ਚੌਕਤੇ ਨੇ ਕਿੱਥੇ ਗਏ ਨੇ। ਅਤੇ ਦੁਬਾਰਾ ਇਲੈਕਸ਼ਨ ਹੋਇਆ ਤਾਂ ਨੂਨ ਲੀਗ ਫਿਰ ਇੱਥੋਂ ਜਿੱਤੇਗੀ? ਇਨਸ਼ਾ ਅੱਲਾਹ ਕਿਉਂ ਨਹੀਂ ਜਿੱਤੇਗੀ, ਯਕੀਨ ਹੈ ਅੱਲਾਹ ਦੇ ਹੁਕਮ ਦੇ ਨਾਲ। ਅਰਸ਼ਦ ਮਲੀ ਸਾਹਿਬ ਨੂੰ ਮੌਕਾ ਨਹੀਂ ਮਿਲਣਾ ਚਾਹੀਦਾ? ਮਿਲਣਾ ਚਾਹੀਦਾ, ਅੱਛੇ ਬੰਦੇ ਨੇ, ਬਾਕੀ ਆਵਾਮ ਦਾ ਫੈਸਲਾ ਜੋ ਹੋਣਾ ਤਾਂ ਉਹ ਹੀ ਹੈ। ਠੀਕ ਹੈ, ਆਵਾਮ ਦਾ ਫੈਸਲਾ ਤਾਂ ਜੋ ਵੇਖੋ ਜੀ, ਮੇਰੇ ਇਕੱਲੇ ਵੋਟ ਪਾਉਣ ਨਾਲ ਤਾਂ ਨਹੀਂ ਹੋਣਾ, ਸਾਰਿਆਂ ਦੇ ਨਾਲ ਹੀ ਹੋਣਾ, ਸਾਰਿਆਂ ਦੀ ਰਾਏ ਜੋ ਨਹੀਂ ਉਹ ਅੱਲਾਹ ਜਿਹਨੂੰ ਇੱਜ਼ਤ ਦੇਵੇ। ਇਲੈਕਸ਼ਨ ਹੋ ਰਿਹਾ ਦੁਬਾਰਾ, ਇਹਦੇ 'ਤੇ ਇਹੀ ਕਹਾਂਗੇ ਅਸੀਂ ਕਿ ਨੂਨ ਲੀਗ ਨੂੰ ਵੋਟ ਦਿਓ, ਸਾਰੇ ਸਪੋਰਟ ਨੂਨ ਲੀਗ ਨੂੰ ਕਰੋ। ਕੰਮ ਅੱਗੇ ਕੀ ਕਰਾਇਆ ਇਹਨਾਂ 2.5-3 ਸਾਲਾਂ 'ਚ? ਕੁਝ ਵੀ ਨਹੀਂ, ਅੱਗੇ ਕੁਝ ਨਹੀਂ ਹੋਇਆ ਅਤੇ ਹੁਣ ਵੀ ਕੁਝ ਨਹੀਂ ਹੋਣਾ। ਜ਼ਾਹਰ ਸ਼ਾਹ ਸਾਹਿਬ ਦੀ ਬੇਟੀ ਦੁਬਾਰਾ ਉਹਨੂੰ ਜਿਤਵਾਉਣ ਦੇ ਚੱਕਰਾਂ 'ਚ ਤੁਸੀਂ? ਇਨਸ਼ਾ ਅੱਲਾ, ਇਨਸ਼ਾ ਅੱਲਾ PTI ਦੁਬਾਰਾ ਹਰਾ ਲਏਗੀ ਮੁਸਲਿਮ ਲੀਗ ਨੂੰ? ਸਰ ਅਸੀਂ ਪਹਿਲਾਂ ਵੀ ਜਿੱਤੇ ਸਾਂ ਅਤੇ ਅਸੀਂ ਹੁਣ ਵੀ ਜਿੱਤਣਾ ਹੀ ਹੈ। ਬਸ ਮੈਨੂੰ ਇਸ ਚੀਜ਼ ਦਾ ਡਰ ਹੈ ਕਿ 18 'ਚ ਫਿਰ ਇਹ ਨਾ ਕਹਿ ਦੇਣਗੇ ਜੀ ਧਾਂਦਲੀ ਹੋਈ ਹੈ, ਕਿਉਂਕਿ ਇਹਨਾਂ ਨੇ ਉਹ ਇੱਕ ਦੋਸਤ ਨੇ ਪੋਸਟ ਲਾਈ ਅਤੇ ਮੈਂ ਬੜਾ ਐਗਰੀ ਕੀਤਾ ਸੀ ਕਿ 2075 ਉੰਨੀ ਦੇਰ ਤੱਕ ਇਲੈਕਸ਼ਨ ਹੁੰਦੇ ਰਹਿਣ ਜਿੰਨੀ ਦੇਰ ਤੱਕ ਨੂਨ ਲੀਗ ਜਿੱਤਦੀ ਨਹੀਂ, ਇਹੀ ਸਿਸਟਮ ਹੈ। ਬਾਕੀ ਵੀ ਤਾਂ ਇਲੈਕਸ਼ਨ ਜਿੱਥੇ ਨੂਨ ਲੀਗ ਜਿੱਤੀ ਅਸੀਂ ਤਾਂ ਨਹੀਂ ਰੋੜਾ ਪਾਇਆ, ਇੱਥੋਂ ਅਸੀਂ ਜਿੱਤੇ ਹਾਂ ਅਤੇ ਨਾਲ ਹੀ ਇਹਨਾਂ ਰੋੜਾ ਪਾਉਣਾ ਸ਼ੁਰੂ ਕਰ ਦਿੱਤਾ। ਇਨਸ਼ਾਅੱਲਾ 18 ਨੂੰ ਇਹਨਾਂ ਨੂੰ ਫਿਰ ਇੱਕ ਦਫਾ ਸਾਨੂੰ ਮੌਕਾ ਦਿੱਤਾ ਕਿ ਇਹਨਾਂ ਨੂੰ ਅਸੀਂ ਨੀਚਾ ਦਿਖਾਈਏ ਔਰ ਦਿਖਾਵਾਂਗੇ ਇਨਸ਼ਾਅੱਲਾ। 337 ਪੋਲਿੰਗ ਸਟੇਸ਼ਨ 'ਚ ਮੁਸਲਿਮ ਲੀਗ ਨੂੰ ਜਿੱਤ ਰਹੀ, ਬਾਕੀ ਦੇ 24 ਮਸ਼ਕੂਕ ਹੋ ਗਏ, ਅਤੇ ਅਗਰ ਦੁਬਾਰਾ ਇਲੈਕਸ਼ਨ ਹੋਏ ਨਹੀਂ, ਮਸ਼ਕੂਕ ਕੀਤੇ ਇਹਨਾਂ ਨੇ, ਹੋਏ ਨਹੀਂ, ਸਾਡੇ ਮੁਤਾਬਕ ਅਸੀਂ ਜਿੱਤੇ ਹਾਂ। ਇਹਨਾਂ ਨੇ ਤਾਂ ਹਮੇਸ਼ਾ ਹੀ ਧਾਂਦਲੀ ਧਾਂਦਲੀ, ਜੇਸਰ ਵਾਲਿਓ ਜਿੱਤੇ ਉੱਥੇ ਧਾਂਦਲੀ ਨਹੀਂ, ਮਲੀਆਂ ਵਾਲਿਓ ਜਿੱਤੇ ਉੱਥੇ ਧਾਂਦਲੀ ਨਹੀਂ, ਜਿੱਥੋਂ ਅਸੀਂ ਜਿੱਤੇ ਉੱਥੇ ਧਾਂਦਲੀ। ਇਹ ਤਾਂ ਸ਼ੁਰੂ ਤੋਂ ਇਹਨਾਂ ਦਾ ਰੋਣਾ, ਇਹਨਾਂ ਰੋਂਦੀਆਂ ਹੀ ਰਹਿਣਾ, 18 ਮਾਰਚ ਨੂੰ ਇਨਸ਼ਾਅੱਲਾ ਅਸੀਂ ਫਿਰ ਜਿੱਤ ਜਾਣਾ। ਅਤੇ ਮੁਸਲਿਮ ਲੀਗ ਨੂੰ ਕੱਲ੍ਹ ਜਿਹੜਾ ਫੈਸਲਾ ਆਇਆ ਇਲੈਕਸ਼ਨ ਕਮਿਸ਼ਨ ਦਾ, ਠੀਕ ਫੈਸਲਾ ਆਇਆ? ਸਰ ਉਹਨੂੰ ਇਨਸ਼ਾਅੱਲਾ ਚੈਲੇਂਜ ਕਰ ਰਹੇ ਹਾਂ, ਕਿਉਂਕਿ ਉਹਦੇ ਵਿੱਚ ਸਾਨੂੰ ਕੋਈ ਡਾਊਟ ਨੇ ਥੋੜ੍ਹੇ ਸਾਰੇ, ਸਰਾਊਂਡਿੰਗ ਸਾਰੀ ਅਸੀਂ ਥਰੂ ਆਊਟ ਜਿੱਤੇ ਆ ਰਹੇ ਹਾਂ। ਅਸਲ ਵਿੱਚ ਐਕਚੁਅਲੀ ਮਸਲਾ ਜਿਹੜਾ ਨਾ ਇਹਨਾਂ ਦਾ ਨੋਨ ਦਾ, ਇਹਨਾਂ ਵਾਸਤੇ ਮਸਲਾ ਫਿਰ ਇਲੈਕਸ਼ਨ ਜਿਹੜਾ ਨਾ ਉਹ ਬੇਈਮਾਨੀ ਹੈ, ਕਿਉਂਕਿ ਇਹਨਾਂ ਕਦੀ ਸਾਰੀ ਉਮਰ ਫਿਰ ਇਲੈਕਸ਼ਨ ਕਰਵਾਇਆ ਹੀ ਨਹੀਂ ਹੈ, ਉਹਨਾਂ ਨੂੰ ਲੱਗਦਾ ਫਿਰ ਇਲੈਕਸ਼ਨ ਹੈ ਬੇਈਮਾਨੀ ਹੈ। ਅਤੇ ਇਨਸ਼ਾਅੱਲਾ 18 ਨੂੰ ਕਰਾ ਕੇ ਇਹ ਵੀ ਸ਼ੋਕ ਇਹਨਾਂ ਦਾ ਪੂਰਾ ਹੋ ਜਾਏਗਾ ਕਿ ਡਬਲ ਲੀਡ ਆਏਗੀ। ਇਹਨਾਂ 23 ਪੋਲਿੰਗ ਸਟੇਸ਼ਨ ਦਾ ਕਿਹਾ ਸੀ ਇਹਨਾਂ ਦੀ ਐਪਲੀਕੇਸ਼ਨ ਬਾਈ ਹੈਂਡ ਰਿਟਨ ਸਿਗਨੇਚਰ ਦੇ ਨਾਲ ਉੱਥੇ ਵੀ, ਪਰ ਇਲੈਕਸ਼ਨ ਕਮਿਸ਼ਨ ਨੇ ਦੇਖੇ ਫੈਸਲਾ ਕੀਤਾ, ਅਸੀਂ ਆਜ਼ਾਦ ਅਦਾਰਾ ਉਹਨੂੰ ਤਸੱਵਰ ਕਰਨੇ ਆ, ਮੰਨਿਆ ਉਹਦਾ ਫੈਸਲਾ ਸਾਡੀ ਕਿਆਦਤ ਨੇ, ਪਰ ਸਾਡੇ ਕੋਲ ਰਾਈਟ ਹੈ ਸੁਪਰੀਮ ਕੋਰਟ ਜਾਣ ਦਾ, ਅਤੇ ਉਹਦਾ ਹੱਕ ਅਸੀਂ ਪੂਰਾ ਇਨਸ਼ਾਅੱਲਾ। ਖਾਨ ਸਾਹਿਬ ਨੇ 2 ਦਿਨ ਪਹਿਲਾਂ ਕਿਹਾ ਕਿ ਅਸੀਂ ਮਲੀ ਸਾਹਿਬ ਨੂੰ ਇਲੈਕਸ਼ਨ ਲੜੋ ਜਾ ਕੇ, ਅਤੇ ਚੈਲੇਂਜ ਕਿਉਂ ਕਰਨ ਦੇ ਨੇ ਲੜਨ ਆ ਕੇ ਇਲੈਕਸ਼ਨ 23 ਪੋਲਿੰਗ ਸਟੇਸ਼ਨ ਦਾ, ਕਿਉਂਕਿ ਇਹਨਾਂ ਨੇ ਟਵੀਟ ਕੀਤਾ ਸੀ ਐਸ ਐਨ ਇਕਬਾਲ, ਤੁਹਾਨੂੰ ਯਾਦ ਹੋਏਗਾ 7:30 ਬਾਹਰ ਸੇ ਨਿਕਲ ਕੇ ਬਾਹਰ ਉਹਨੇ ਕਹਿੰਦਾ 23 ਪੋਲਿੰਗ ਏਜੰਟ ਦਾ ਸਾਨੂੰ ਡਾਊਟ ਹੈ, ਰਿਟਰਨ ਲਿਖ ਕੇ ਦਿੱਤਾ ਇਹਨਾਂ ਨੇ, ਨਸ਼ੀਨ ਮੈਡਮ ਨੇ ਬਾਈ ਰਿਟਰਨ ਲਿਖ ਕੇ ਦਿੱਤਾ, 23 ਪੋਲਿੰਗ ਸਟੇਸ਼ਨ 'ਤੇ ਧਾਂਦਲੀ ਕੀਤੀ, ਠੀਕ ਹੈ ਨਾ, ਉੱਥੇ ਜਾ ਕੇ ਯੂਟਰਨ ਲੈ ਲਿਆ ਨੇ, ਬਦਲ ਗਏ ਨੇ, ਫਿਰ ਕਹਿੰਦੇ ਨੇ ਅਸੀਂ ਯੂਟਰਨ ਲੈਂਦੇ ਹਾਂ, ਯੂਟਰਨ 'ਤੇ ਇਹ ਲੈਂਦੇ ਨੇ ਪੇ। ਅੱਛਾ ਸਰ, ਤੁਸੀਂ ਨਹੀਂ ਸਮਝਦੇ ਕਿ 19 ਦਾ ਡੇਟ ਮੈਨੇਜ ਵੀ ਹੋਇਆ ਤੁਹਾਡੇ ਕੋਲ? ਸਰ ਬਿਲਕੁਲ ਮੈਨੇਜ ਹੋਇਆ, ਮੈਂ ਤੁਹਾਨੂੰ ਅੱਗੇ ਹੀ ਦੱਸਿਆ ਕਿ ਇਹ ਇਹਨਾਂ ਦੀ ਸ਼ੁਰੂ ਥਰੂ ਆਊਟ ਪਾਲਿਸੀ ਹੈ ਕਿ ਜਿੱਥੇ ਇਹ ਹੱਥ 'ਤੇ ਹੁੰਦੇ ਨੇ, ਇਹ ਸਿਰਫ ਇਲੈਕਸ਼ਨ ਨਹੀਂ, ਹਾਈ ਕੋਰਟ ਇਹਨਾਂ ਦੀ ਬੇਲ ਲੈ ਲਏ ਅਤੇ ਆਜ਼ਾਦ ਅਦਾਰਾ ਨਾ ਲਵੇ ਅਤੇ ਪਿੱਛੇ ਫੌਜ ਹੈ, ਹਮੇਸ਼ਾ ਤੋਂ ਜਿਹੜੇ ਜਵਾਨ ਸਾਡੇ ਵਾਸਤੇ ਕੁਰਬਾਨੀ ਦਿੰਦੇ ਆਏ ਨੇ ਉਹਨਾਂ ਦੇ ਹਮੇਸ਼ਾ ਇਹਨਾਂ ਨੇ ਕਮਰ ਵਿੱਚ ਛੁਰਾ ਖੋਭਿਆ, ਤੁਹਾਨੂੰ ਯਾਦ ਹੋਏਗਾ ਡਾਨ ਲਿਕਸ ਯਾਦ ਹੋਏਗੀ, ਉਹਦੇ ਇਲਾਵਾ ਬੜੇ ਸਾਰੇ ਵਾਕਿਆ, ਹੁਣ ਵੀ ਕਹਿ ਰਹੇ ਨੇ ਏਜੰਸੀਜ਼ ਇਨਵਾਲਵ ਨੇ, ਅਤੇ ਸਾਰਾ ਦਿਨ ਇਹਨਾਂ ਦੇ ਐਮ ਐਨ ਏ ਇਨਲੀਗਲ ਤਰੀਕੇ ਨਾਲ ਇੱਥੇ ਬੈਠੇ ਰਹੇ ਨੇ, ਉਸ ਦਫਾ ਇਹਨਾਂ ਨੂੰ ਕਾਨੂੰਨ ਯਾਦ ਨਹੀਂ ਆਇਆ, ਇਹਨਾਂ ਦੇ ਬੜੇ ਸਾਰੇ ਪ੍ਰੋਬਲਮ ਨੇ, ਆਉਣ ਵਾਲੀ ਇਨਸ਼ਾਅੱਲਾ 18 ਨੂੰ ਡਬਲ ਲੀਡ ਤੋਂ ਅਸੀਂ ਇਹਨਾਂ ਨੂੰ ਠੋਕਾਂਗੇ ਫਿਰ ਇਨਸ਼ਾਅੱਲਾ। ਦੁਬਾਰਾ ਇਲੈਕਸ਼ਨ ਹੋਣ ਜਾ ਰਿਹਾ 18 ਨੂੰ, ਕੀ ਕਹੋਗੇ ਇਹਦੇ? ਜਿਹੜਾ ਯਾਰ ਇਹੋ ਜਿਹਾ ਇਲੈਕਸ਼ਨ ਡਸਕੇ 'ਚ ਨਾ ਹੋਏ। ਕਿਹੋ ਜਿਹਾ ਇਲੈਕਸ਼ਨ ਹੋਇਆ? ਹੈਂ, ਮੈਂ ਆਹਾਂ ਜ਼ਿੰਦਗੀ 'ਚ ਨਹੀਂ ਕਦੀ ਵੇਖਿਆ, ਬੁੱਢੇ ਹੋ ਗਿਆ ਬੇਟੇ, ਜ਼ਿੰਦਗੀ ਨਹੀਂ ਕਦੀ ਵੇਖੀ, ਅੱਲਾ ਇਹੋ ਜਿਹਾ ਨਾ ਕਰੇ, ਸਾਡੀ ਔਲਾਦ ਖਰਾਬ ਹੋ ਗਈ। ਅਤੇ ਕੀ ਸਮਝਦੇ ਕਿੰਨੇ ਸਾਰਾ ਕਰਵਾਇਆ ਸੀ? ਜਿੰਨੇ ਵੀ ਕਿਰਾਇਆ ਗਲਤ ਕਰਾਇਆ, ਜਿੰਨੇ ਵੀ ਕਿਰਾਇਆ ਗਲਤ ਕਰਾਇਆ, ਸਾਡੀ ਆਉਣ ਵਾਲੀ ਨਸਲ ਵਾਸਤੇ ਅਸਰਾਤ ਅੱਛੇ ਨਹੀਂ ਹੋਣਗੇ, ਇੱਕ ਵਾਰੀ ਫਿਰ ਹੋਣ ਜਾ ਰਿਹਾ, ਕੀ ਕਹੋਗੇ?
शेर की वजह क्यों शेर थोड़े सामने बाद चो जो ओही है कुकड़ का इन्ना रेट है नहीं थी हूँ इमरान खान आया तो 350-350 रुपया किलो कुकड़ होए है घ्यो कितने उपड़ गया चीनी कितने उपड़ गई महंगाई इन्नी उन्हें घर छेड़ी तो शेर ही तो किन्नी सस्ते काम चीनी 50 रुपये किलो तो हूँ फिर शेर ही आएगा इंशाला इमरान खान नहीं खान साहब आते हैं कि अदारे ठीक हो रहे हैं थोड़ा टाइम लगेगा घबराना नहीं हो जाएगा मामला ठीक कुछ भी नहीं कर सकते 3 साल हो गए ने अगे भैन जो 400 का तोड़ा ही आटे का हूँ 800 रुपये का हो गया आवाम तो वेखो ना आटा चीनी घ्यो ही खाँदी होर की महंगाई एक वजह कि जो तो नफर हो जी होर कुछ कोई कोई वजह नहीं है महंगाई की वजह तो आवाम थोड़ी जी ईमानदार तो है यार वजीर आजम तो कोई नहीं हर बंदा अपने घरों ही खाँदा वजीर आजम तो इन्हें तुम्हें घुआंदा पाया तो होना इमरान खान साढ़े घर आ राशन रूशन पाँदा सवेरे 5 बजे तो आने शामी 10 बजे जाने ठीक है अपनी मेहनत करके खाने उन्होंने सौदा ले राशन ले महंगा देंगे यही गल है बात 2018 कल का फैसला ठीक आया हाँ जी दोबारा इलेक्शन होएगा तो किनू वोट दोगे दोबारा PTI ने तो पहला किनू दिता है जी पहला शेर नू तो हूँ PTI क्यों देना हूँ जी सा दिल करता कि चलो भी आवे कोई काम करे अच्छा नू ने कोई काम नहीं किया इलेक्शन हो जा रहा हाँ जी तो की कहोगे इतने अभी तो बाद जी अगे भी ना कुछ जुते आए जो नून लीग नून लीग अभी हूँ भी उसे मती हाँ अच्छा अभी हूँ भी नून लीग नून लीग अच्छे बड़ा जिन्हों गल करो नून लीग नून लीग नून लीग नून लीग ने जो वर्द नहीं जरा हो जाए इलेक्शन हो जाए वो वजह ना सता जी है ना इन्होंने फायरिंग फूरिंग की है इस समय फायरिंग की तरीके इंसाफ वाले बंद साबत तो कोई नहीं हो तरीके इंसाफ ने फायरिंग की मान लो इतने बंद चलते हैं इतने बंद गल करे हाँ उन्होंने फायरिंग की है जी नून लीग में दोबारा वोट देना इंशाला जगह नून लीग इंशाला अल्लाह का कर्ज मिले चलो फैसला होया दोबारा इलेक्शन होगा डिस्ट्रिक्ट की कहो गए अल्लाह तो करो हैं जो अल्लाह करे जो अल्लाह करे बिल्कुल तुम किनू वोट दोगे अही ਤੁਸੀਂ ਕਿਹਨੂੰ ਵੋਟ ਦੋਗੇ ਅਸੀਂ ਵੋਟ ਪਹਿਲਾਂ ਦੇਣਗੇ ਹੁਣ ਦੇਣਗੇ ਹੁਣ ਦੇਣਗੇ ਸਾਨੂੰ ਉਹਨੂੰ ਮਰਨਾ ਨਹੀਂ ਹੁੰਦੀ ਸਰ ਗੇਣ ਪੌਣੇ 5 ਮਿੰਟ ਟਾਈਮ 5 ਟਾਈਮ ਕਰਨਾ ਜੋ ਕਰ ਜਾਓ ਕਿਉਂ ਉਹਨਾਂ ਵੱਧ ਨਹੀਂ ਦਿੱਤਾ ਮੈਂ ਲੇਟ ਗਿਆ ਸਾਡੇ ਘਰ ਆਪਣੀ ਗਲਤੀ ਹੈ ਦੇਖੋ 5 ਵਜੇ ਤੇ ਪੌੜੀ ਖਤਮ ਹੋ ਜਾਣੀ ਹੁੰਦੀ ਲੇਕਿਨ ਮੈਂ ਪੌਣੇ ਮੈਂ ਗਿਆ ਨਾ ਜਾਂਦੇ ਨੇ ਟਾਈਮ ਹੋ ਗਿਆ ਸੀ ਕਿਹਨੂੰ ਦੇਣਾ ਸੀ ਵੋਟ ਅਗਰ ਜਾਂਦੇ ਤੇ ਇਹ ਇਹਨੇ ਜਾ ਕੇ ਦੇ ਦੇ ਲੇਕਿਨ ਫਾਇਦਾ ਕਿਹਨੂੰ ਵੋਟ ਲੈਣੀ ਜਾ ਕੇ ਅੱਛਾ ਹਾਂ ਚਲੋ ਸਰ